ਵੀਰ ਜੀ ਆਹ ਦੇਖੋ ਜੀ ਮੋਟਰਾਂ ਦਾ ਪਾਣੀ, ਇਹ ਉਰੇ ਘਨੁੜਕੀ ਤੋਂ ਅੱਗੇ ਟੂਲ ਪਲਾਜ਼ਾ ਤੋਂ ਅੱਗੇ ਇੱਕ ਕੈਮੀਕਲ ਦੀ ਫੈਕਟਰੀ ਸੀ ਮਠਾਰੂਆਂ ਦੀ ਜੀ। ਉਹਨਾਂ ਨੇ ਥੱਲੇ ਗਰਕੀ ਪੱਟ ਪੱਟ ਕੇ ਕਿ ਇੰਨਾ ਕੈਮੀਕਲ ਥੱਲੇ ਛੱਡਤਾ ਅਤੇ ਉੱਪਰੋਂ ਕਰਤਾ ਬਲਾਸਟ ਹੀ। ਆਹ ਦੇਖੋ ਕਿ ਮੋਟਰਾਂ ਦੇ ਵਿੱਚ ਪਾਣੀ ਦੇਖੋ ਕਿੰਨਾ ਗੰਦਾ ਆ ਰਿਹਾ। ਇਹਦੇ ਨਾਲ ਆਪਣੇ ਬੱਚਿਆਂ ਨੂੰ ਜਿਹੜੀ ਆਪਾਂ ਫਸਲ ਖਵਾਉਂਦੇ ਹਾਂ ਜਾਂ ਕੋਈ ਸਬਜ਼ੀ ਪਾਣੀ ਜਾਂ ਪਾਣੀ ਕੋਈ ਬੱਚਾ ਪੀ ਵੀ ਲੈਂਦਾ, ਦੇਖੋ ਕਿੰਨਾ ਗੰਦਾ ਪਾਣੀ ਕੈਮੀਕਲ ਵਾਲਾ ਆ ਰਿਹਾ। ਆਹ ਦੇਖੋ ਜੀ ਵੀਰ ਜੀ, ਨਾ ਇੱਥੇ ਕੋਈ ਪੰਜਾਬ ਸਰਕਾਰ ਨਾ ਕੋਈ ਗੌਰ ਨਹੀਂ ਕਰਦਾ। ਉਰੇ ਦੇ ਮੰਤਰੀ ਸਾਹਿਬ ਨੇ ਆਪਣੇ ਸਾਧੂ ਸਿੰਘ ਧਰਮਸੋਤ ਜੀ ਅਤੇ ਇੱਕ ਆਪਣੇ ਬਿਜਿੰਦਰ ਸਿੰਗਲਾ ਜੀ ਦਾ ਹਲਕਾ ਪੈਂਦਾ ਇਹ। ਉਰੇ ਕੋਈ ਗੌਰ ਨਹੀਂ ਹੈਗੀ ਵੀਰ ਜੀ, ਆਹ ਦੇਖੋ ਇਹਦਾ ਹੱਲ ਕੀਤਾ ਜਾਵੇ ਜੀ। ਵੀਰ ਜੀ ਆਹ ਦੇਖੋ ਜੀ ਮੋਟਰਾਂ ਦਾ ਪਾਣੀ, ਇਹ ਉਰੇ ਘਨੁੜਕੀ ਤੋਂ ਅੱਗੇ ਟੂਲ ਪਲਾਜ਼ਾ ਤੋਂ ਅੱਗੇ ਇੱਕ ਕੈਮੀਕਲ ਦੀ ਫੈਕਟਰੀ ਸੀ ਮਠਾਰੂਆਂ ਦੀ ਜੀ। ਉਹਨਾਂ ਨੇ ਥੱਲੇ ਗਰਕੀ ਪੱਟ ਪੱਟ ਕੇ ਕਿ ਇੰਨਾ ਕੈਮੀਕਲ ਥੱਲੇ ਛੱਡਤਾ ਅਤੇ ਉੱਪਰੋਂ ਕਰਤਾ ਬਲਾਸਟ ਹੀ। ਆਹ ਦੇਖੋ ਕਿ ਮੋਟਰਾਂ ਦੇ ਵਿੱਚ ਪਾਣੀ ਦੇਖੋ ਕਿੰਨਾ ਗੰਦਾ ਆ ਰਿਹਾ। ਇਹਦੇ ਨਾਲ ਆਪਣੇ ਬੱਚਿਆਂ ਨੂੰ ਜਿਹੜੀ ਆਪਾਂ ਫਸਲ ਖਵਾਉਂਦੇ ਹਾਂ ਜਾਂ ਕੋਈ ਸਬਜ਼ੀ ਪਾਣੀ ਜਾਂ ਪਾਣੀ ਕੋਈ ਬੱਚਾ ਪੀ ਵੀ ਲੈਂਦਾ, ਦੇਖੋ ਕਿੰਨਾ ਗੰਦਾ ਪਾਣੀ ਕੈਮੀਕਲ ਵਾਲਾ ਆ ਰਿਹਾ। ਆਹ ਦੇਖੋ ਜੀ ਵੀਰ ਜੀ, ਨਾ ਇੱਥੇ ਕੋਈ ਪੰਜਾਬ ਸਰਕਾਰ ਨਾ ਕੋਈ ਗੌਰ ਨਹੀਂ ਕਰਦਾ। ਉਰੇ ਦੇ ਮੰਤਰੀ ਸਾਹਿਬ ਨੇ ਆਪਣੇ ਸਾਧੂ ਸਿੰਘ ਧਰਮਸੋਤ ਜੀ ਅਤੇ ਇੱਕ ਆਪਣੇ ਬਿਜਿੰਦਰ ਸਿੰਗਲਾ ਜੀ ਦਾ ਹਲਕਾ ਪੈਂਦਾ ਇਹ। ਉਰੇ ਕੋਈ ਗੌਰ ਨਹੀਂ ਹੈਗੀ ਵੀਰ ਜੀ, ਆਹ ਦੇਖੋ ਇਹਦਾ ਹੱਲ ਕੀਤਾ ਜਾਵੇ ਜੀ।